ਜਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਕੈਲੀਫੋਰਨੀਆ ਡਾਇਰੀ, ਜਿਹਦੇ ਵਿੱਚ ਅਸੀਂ ਕੈਲੀਫੋਰਨੀਆ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਹੋ ਰਹੀਆਂ ਈਵੈਂਟਸ ਪ੍ਰੋਗਰਾਮ ਜਿਹੜੇ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਅੱਜ ਦੀ ਅਗਰ ਗੱਲ ਕਰੀਏ ਤਾਂ ਪਿਛਲੇ ਲਗਭਗ 2.5 ਦਹਾਕਿਆਂ ਤੋਂ ਕੈਲੀਫੋਰਨੀਆ ਦੇ ਇੱਕ ਸਿਰਕੱਢ ਉੱਗੇ ਸਮਾਜ ਸੇਵੀ ਅਤੇ ਬਿਜ਼ਨਸਮੈਨ ਜਿਹੜੇ ਨੇ ਉਹ ਕਬੱਡੀ ਨੂੰ ਪ੍ਰਮੋਟ ਕਰਨ 'ਤੇ ਲੱਗੇ ਹੋਏ ਨੇ। ਉਹਨਾਂ ਦਾ ਨਾਮ ਹੈ ਗਾਖਲ ਭਰਾ, ਸਰਦਾਰ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ। ਔਰ ਇਹਨਾਂ ਨੇ ਹੁਣ ਫਿਰ ਪ੍ਰੋਗਰਾਮ ਅਲੀਕਿਆ 15 ਸਪਤੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵਾਂ ਕਬੱਡੀ ਕੱਪ ਜੋ ਕਿ ਜੇਮਸ ਲੋਗਨ ਹਾਈ ਸਕੂਲ ਯੂਨੀਅਨ ਸਿਟੀ ਦੇ ਵਿੱਚ ਹੋਣਾ, ਉਸੇ ਸੰਬੰਧ ਦੇ ਵਿੱਚ ਫਰੀਮੌਂਟ ਦੇ ਗੁਰੂ ਘਰ ਵਿਖੇ ਜਿਹੜੇ ਖੰਡਪਾਠ ਸਾਹਿਬ ਦੇ ਭੋਗ ਪਾਏ ਗਏ, ਉਸ ਤੋਂ ਬਾਅਦ ਕੀਰਤਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਰਾਜਾ ਸਵੀਟ ਯੂਨੀਅਨ ਸਿਟੀ ਵਿੱਚ ਜਾ ਕੇ ਇਸ ਕਬੱਡੀ ਕੱਪ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਅਤੇ ਨਾਲ ਦੀ ਨਾਲ ਇੱਕ ਐੱਸ ਅਸ਼ੋਕ ਭੌਰਾ ਜੀ ਦਾ ਲਿਖਿਆ ਗੀਤ ਕਬੱਡੀ ਵਰਸਸ ਗਾਖਲ ਬਹੁਤ ਵਧੀਆ ਤਰੀਕੇ ਨਾਲ ਉੱਥੇ ਰਿਲੀਜ਼ ਕੀਤਾ ਗਿਆ, ਜਿਸ ਨੂੰ ਰਿਲੀਜ਼ ਕੀਤਾ ਸਰਦਾਰ ਮੱਖਣ ਸਿੰਘ ਬੈਂਸ ਜੀ ਨੇ। ਇਸ ਸਮੇਂ ਜਿੱਥੇ ਕਬੱਡੀ ਬਾਰੇ ਗੱਲਾਂ ਬਾਤਾਂ ਹੋਈਆਂ ਉੱਥੇ ਹੀ ਇਹ ਗੀਤ ਵੀ ਰਿਲੀਜ਼ ਕੀਤਾ ਗਿਆ, ਜੋ ਕਿ ਤੁਸੀਂ ਸਾਰੇ ਚੈਨਲਾਂ ਦੇ ਉੱਪਰ ਬਹੁਤ ਵਧੀਆ ਤਰੀਕੇ ਨਾਲ ਦੇਖ ਰਹੇ ਹੋ, ਸੁਣ ਰਹੇ ਹੋ। ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਜੀ ਫਰੀਮੌਂਟ ਦੇ ਗੁਰੂ ਘਰ ਅਤੇ ਉਸ ਤੋਂ ਬਾਅਦ ਰਾਜਾ ਸਵੀਟ ਯੂਨੀਅਨ ਸਿਟੀ ਅਤੇ ਦੇਖਦੇ ਹਾਂ 15ਵੇਂ ਕਬੱਡੀ ਕੱਪ ਦੀਆਂ ਗੱਲਾਂ ਬਾਤਾਂ। ਬੋਲੇ ਸੋਨਿਹਾਰ ਹਮਰੇ ਦੁਸ਼ਟਵੇ ਸੁਗਾਵਾ ਮਾਦੇ ਮਨ ਚਾਉ ਸਿਰ ਸੇ ਮੋਰ ਪਰਵਾਰ ਸੇਵ ਸੇ ਸੋਦੇ ਕਰਤਾਰਾ ਮੋਰ ਸ਼ਾਨ ਕਰਦੇ ਕਰੀਏ ਸਭ ਤੈਨ ਕੋ ਆਸ ਮਰੀਏ ਪੂਰਨ ਹੋਏ ਮਾਰੀ ਆਸਾ ਇਤਿਆਰ ਨੀਲ ਬੰਦ ਦੁਸ਼ਟ ਕੇ ਅੰਤਰ ਤੁਮ ਹੋ ਪ੍ਰੀਤਰ ਅਸਕੰਤਾ ਕਾਲ ਪਾਏ ਬ੍ਰਹਮ ਅਵਤਾਰ ਕਾਲ ਪਾਏ ਸੇ ਜੀ ਅਵਤਾਰ ਕਾਲ ਪਾਏ ਕਰਮ ਸੰ ਪ੍ਰਕਾਸ਼ਾ ਸੰ ਕਾਲ ਕਰਨੀ ਆਤਮਾ ਸਜਨ ਕਾਲ ਸੋਇ ਗੁਰੂ ਸੰਜੋ ਹਮਾਰਾ ਨਮਸਕਾਰ ਦਿਸੀ ਕੋ ਮਾਰੀ ਸਗਲ ਪ੍ਰਜਾ ਆਪ ਸਵਾਰੀ ਸੇਵ ਕਰ ਕੋ ਸਰਬੰ ਸਭ ਦੇ ਸਤਨ ਗੋਪਾਲ ਮਾਵ ਕੀ ਉਹ ਘੜ ਘੜ ਕੇ ਅੰਤਰ ਕੀ ਜੰਦ ਭਲੇ ਬੁਰੇ ਕੀ ਪੀ ਪ੍ਰਸ਼ਾਂਤ ਚੀਟੀ ਦੇ ਕੁੰਚਰ ਸਤੂਲਾ ਸਪਰ ਕਿਰਪਾ ਦਿਸ ਕਰ ਬੁਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ 15ਵਾਂ ਵਿਸ਼ਵ ਕਬੱਡੀ ਕੱਪ ਲੋਗਨ ਹਾਈ ਸਕੂਲ ਯੂਨੀਅਨ ਸਿਟੀ ਵਿਖੇ ਕਰਵਾਇਆ ਜਾ ਰਿਹਾ। ਅੱਜ ਗੁਰੂ ਘਰ ਫਰੀਮਾਰਟ ਵਿਖੇ ਇਸ ਕਬੱਡੀ ਕੱਪ ਦੀ ਨਿਰਵਿਘਨ ਸਮਾਪਤੀ ਅਤੇ ਸਫਲਤਾ ਲਈ ਰਖਾਏ ਗਏ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਸਾਰੇ ਪ੍ਰਬੰਧਕਾਂ ਨੇ ਅੱਜ ਇਸ ਟੂਰਨਾਮੈਂਟ ਪ੍ਰਤੀ ਵਿਸਥਾਰ 'ਚ ਦਰਸ਼ਕਾਂ ਨੂੰ ਸੰਗਤਾਂ ਨੂੰ ਜਾਣਕਾਰੀ ਦੇਣ ਲਈ ਇਹ ਵਿਸ਼ੇਸ਼ ਇਕੱਤਰਤਾ ਕੀਤੀ ਹੈ। ਸੋ ਮੈਂ ਸਭ ਤੋਂ ਪਹਿਲਾਂ ਸਰਦਾਰ ਅਮੋਲਕ ਸਿੰਘ ਗਾਖਲ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ 15ਵੇਂ ਵਿਸ਼ਵ ਕਬੱਡੀ ਕੱਪ ਸੰਬੰਧੀ ਵਿਸਥਾਰ 'ਚ ਜਾਣਕਾਰੀ ਦੇਣ। ਸੋ ਅੱਜ ਫਰੀਮਟ ਗੁਰੂ ਘਰ ਅਸੀਂ ਅਖੰਡ ਪਾਠ ਦਾ ਭੋਗ ਪਾ ਕੇ ਹਟੇ ਹਾਂ। ਸੋ ਜਿਹੜਾ ਇਹ ਆਪਣਾ ਕੱਪ ਹੋ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 'ਤੇ ਨੈਕਸਟ ਐਤਵਾਰ ਨੂੰ, ਸੋ ਉਦੋਂ ਨੂੰ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ, ਮੇਰੇ ਵੱਲੋਂ ਅਤੇ ਆ ਗੁਰੂ ਘਰ ਦੀਆਂ ਕਮੇਟੀਆਂ ਵੱਲੋਂ ਪੂਰਾ ਫੁੱਲ ਅਪੀਲ ਆ ਕਿ ਤੁਹਾਡਾ ਆਪਣਾ ਕੱਪ ਆ, ਸਾਰੇ ਹੁੰਮ ਹੁੰਮ ਆ ਕੇ ਪਹੁੰਚੋ। ਫੁੱਲ ਸਾਡੀਆਂ ਤਿਆਰੀਆਂ ਹੋ ਚੁੱਕੀਆਂ, ਸਾਰੇ ਪਲੇਅਰ ਆ ਚੁੱਕੇ ਆ। ਸੋ ਇਹ ਡਰੱਗ ਫਰੀ ਕੱਪ ਆ। ਸੋ ਇਸ ਕਰਕੇ ਤੀਰਥ ਗਾਖਲ ਨੇ ਬਹੁਤ ਹੀ ਅੱਛੀਆਂ, ਅਤੇ ਬਲਜੀਤ ਸੰਧੂ ਨਾਲ ਮੱਖਣ ਸਿੰਘ ਧਾਲੀਵਾਲ, ਇਕਬਾਲ ਸਿੰਘ ਗਾਖਲ, ਜਿਨ੍ਹਾਂ ਨੇ ਟੀਮਾਂ ਸਾਰੀਆਂ ਇਕੁਅਲ ਬਣਾਈਆਂ। ਸਾਡੇ ਇੱਥੇ 4 ਕਲੱਬਾਂ ਖੇਲ ਰਹੀਆਂ, ਬੇਰੀਆ ਸਪੋਰਟਸ ਕਲੱਬ, ਨਿਊਯਾਰਕ ਮੈਟਰੋ, ਯੰਗ ਸਪੋਰਟਸ ਕਲੱਬ ਅਤੇ ਨੌਰਥ ਅਮੈਰੀਕਾ ਜਿਹੜੀ ਕੈਨੇਡਾ ਦੀ ਟੀਮ ਆ। ਸਾਰੀਆਂ ਟੀਮਾਂ 'ਚ ਪਲੇਅਰ ਬਿਲਕੁਲ ਡਿਵਾਈਡ ਕੀਤੇ ਆ। ਸੋ ਬੜੇ ਟਾਈਮ ਨਾਲ ਸਵੇਰੇ 10 ਵਜੇ ਪੂਰੇ ਮੈਚ ਸਟਾਰਟ ਕੀਤੇ ਜਾਣਗੇ। ਸੋ ਸਾਰਿਆਂ ਨੂੰ ਪੀ ਲਿਆ, ਹੁੰਮ ਹੁਮਾ ਕੇ ਪਹੁੰਚੋ। ਸੰਘ ਜੀ, ਆਪ ਜੀ ਨੂੰ ਪਤਾ ਹੀ ਹੈ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ 15ਵਾਂ ਵਿਸ਼ਵ ਕਬੱਡੀ ਕੱਪ 15 ਸਤੰਬਰ ਦਿਨ ਐਤਵਾਰ ਨੂੰ ਲੋਗਨ ਹਾਈ ਸਕੂਲ ਦੀਆਂ ਗਰਾਊਂਡਾਂ ਦੇ ਵਿੱਚ ਕਰਵਾਇਆ ਜਾ ਰਿਹਾ ਹੈ, ਜੋ ਕਿ ਡਰੱਗ ਫਰੀ ਹੈ। ਸੋ ਕੈਲੀਫੋਰਨੀਆ ਦੀਆਂ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਆਪ ਜੀ ਹਰ ਸਾਲ ਪਿਆਰ ਬਖਸ਼ਦੇ ਹੋ,
ਹੁੰਮ ਹੁਮਾ ਕੇ ਪਹੁੰਚਿਓ। ਲੰਗਰ ਪਾਣੀ ਦਾ ਪ੍ਰਬੰਧ, ਸਿਕਿਉਰਿਟੀ ਦਾ ਪ੍ਰਬੰਧ ਪੂਰਾ ਹੋਵੇਗਾ। ਸੋ ਆਪ ਜੀ ਨੂੰ ਯੂਨਾਈਟਿਡ ਸਪੋਰਟਸ ਕਲੱਬ ਗੁਰਦੁਆਰਾ ਸਾਹਿਬ ਫਰੀਮਾਉਂਟ ਵੱਲੋਂ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਆਪ ਜੀ ਵੱਧ ਤੋਂ ਵੱਧ ਹੁੰਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਫਰੀਮਾਉਂਟ ਅੱਜ ਯੂਨਾਈਟਿਡ ਸਪੋਰਟਸ ਵੱਲੋਂ ਜੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਆ, ਅਰਦਾਸ ਬੇਨਤੀ ਕੀਤੀ ਹੈ ਜੋ ਯੂਨਾਈਟਿਡ ਸਪੋਰਟਸ ਹਰੇਕ ਸਾਲ ਦੀ ਤਰ੍ਹਾਂ 15ਵਾਂ ਟੂਰਨਾਮੈਂਟ ਜੋ ਵਰਲਡ ਕੱਪ ਹੈ ਉਹ ਕਰਾ ਰਹੇ ਨੇ। ਇਹ ਡਰੱਗ ਫਰੀ ਟੂਰਨਾਮੈਂਟ ਹੈ। ਸੰਗਤ ਨੂੰ ਵੀ ਬੇਨਤੀ ਹੈ, ਸਰੋਤਿਆਂ ਨੂੰ, ਕਿ ਭਾਈ ਕੋਈ ਵੀ ਉੱਥੇ ਨਸ਼ਾ ਲੈ ਕੇ ਨਾ ਪਹੁੰਚਿਓ, ਵੱਧ ਚੜ੍ਹ ਕੇ ਆਓ। ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਵੀ ਆਪ ਸੰਗਤਾਂ ਨੂੰ ਬੇਨਤੀ ਹੈ, ਅਪੀਲ ਹੈ, ਗੁਰੂ ਕਾ ਲੰਗਰ ਜੋ ਤੁੱਟ ਵਰਤੇਗਾ, ਸਾਰੇ ਆਓ, ਆਪਾਂ ਇਸ ਮੇਲੇ ਦੀਆਂ ਖੁਸ਼ੀਆਂ ਲੈ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਯੂਨਾਈਟਿਡ ਸਪੋਰਟਸ ਕਲੱਬ ਦੇ ਵੱਲੋਂ ਲੋਗਨ ਹਾਈ ਸਕੂਲ ਦੇ ਵਿੱਚ 15 ਸਪਟੰਬਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਹੋਣ ਜਾ ਰਿਹਾ। ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ, ਹੁੰਮ ਹੁਮਾ ਕੇ ਪਹੁੰਚੋ। ਖਾਸ ਤੌਰ 'ਤੇ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਕਿ ਹੁੰਮ ਹੁਮਾ ਕੇ ਪਹੁੰਚਣ 15 ਤਰੀਕ ਨੂੰ ਵਿਸ਼ਵ ਕਬੱਡੀ ਕੱਪ 'ਤੇ। ਕਹਿੰਦੇ ਜਿਤਨੇ ਨਸ਼ੇ ਸੰਸਾਰ ਕੇ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਚੰਗੇ ਹਾਂ ਜਾਂ ਮੰਦੇ ਹਾਂ, ਜ਼ਮਾਨੇ ਨਾਲੋਂ ਚੰਗੇ ਹਾਂ, ਪਰ ਪਾਤੀਆਂ ਨੇ ਪੈੜਾਂ 'ਚ ਨਾ ਰਾਹਾਂ ਵਿੱਚੋਂ ਲੰਘਿਆ। ਯੂਨਾਈਟਿਡ ਸਪੋਰਟਸ ਕਲੱਬ ਨੇ ਪਿਛਲੇ ਲੰਬੇ ਅਰਸੇ ਤੋਂ, ਕਰੀਬ ਡੇਢ ਦਹਾਕੇ ਤੋਂ, ਖੇਡਾਂ ਦੇ ਖੇਤਰ 'ਚ, ਖਾਸ ਤੌਰ 'ਤੇ ਕਬੱਡੀ ਦੇ ਖੇਤਰ 'ਚ ਪੈੜਾਂ ਪਾਈਆਂ ਨੇ। ਪੈੜਾਂ ਹੀ ਨਹੀਂ ਪਾਈਆਂ, ਸਗੋਂ ਕਬੱਡੀ ਨੂੰ ਇੱਕ ਨਵਾਂ ਰੰਗ ਦਿੱਤਾ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਰੱਜ ਕੇ ਮਾਣ ਲੈ ਕੇ ਦਿੱਤਾ ਹੈ। ਯੂਨਾਈਟਿਡ ਸਪੋਰਟਸ ਕਲੱਬ ਵੱਲੋਂ 15ਵਾਂ ਵਿਸ਼ਵ ਕਬੱਡੀ ਕੱਪ ਜਿਹੜਾ 15 ਸਤੰਬਰ ਦਿਨ ਐਤਵਾਰ ਨੂੰ ਲੋਗਨ ਹਾਈ ਸਕੂਲ 'ਚ ਕਰਵਾਇਆ ਜਾ ਰਿਹਾ। ਸਭ ਤੋਂ ਪਹਿਲਾਂ ਤਾਂ ਸਾਰੇ ਜਿੰਨੇ ਵੀ ਇਸ ਵੇਲੇ ਦਰਸ਼ਕ ਜੁੜ ਚੁੱਕੇ ਆ ਜਸ ਪੰਜਾਬੀ ਦੇ ਨਾਲ, ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਹੀ ਜਿੱਦਾਂ ਮੇਰੇ ਤੋਂ ਪਹਿਲਾਂ ਦੱਸ ਦਿੱਤਾ, ਭੋਰਾ ਸਾਹਿਬ ਨੇ ਵੀ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਸੰਪੂਰਨ ਹੋਏ ਆ ਫਰੀਮਠ ਗੁਰੂ ਘਰ ਵਿਖੇ। ਸੋ ਸਾਰੇ ਪਲੇਅਰਾਂ ਦੀ ਸੁੱਖ ਸ਼ਾਂਤੀ ਲਈ, ਟੂਰਨਾਮੈਂਟ ਲਈ। ਸੋ ਬਾਕੀ ਇਹੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤਾਂ ਦੇ ਚਰਨਾਂ ਵਿੱਚ, ਵੀ 15 ਸਤੰਬਰ ਨੂੰ ਜੇਮਸ ਲੋਗਨ ਹਾਈ ਸਕੂਲ ਯੂਨੀਵਰਸਿਟੀ ਵਿਖੇ ਪਹੁੰਚ ਕੇ ਇਸ ਕੱਪ ਨੂੰ ਕਾਮਯਾਬ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਸੰਗਤ ਦਾ ਕੱਪ ਆ ਇਹ। ਸੋ ਅਸੀਂ ਤਾਂ ਤੁਹਾਡੇ ਸੇਵਾਦਾਰ ਹਾਂ। ਸੋ ਬਾਕੀ ਉਸ ਦਿਨ ਫਰੀ ਪਾਰਕਿੰਗ ਆ, ਫਰੀ ਐਡਮਿਸ਼ਨ ਆ, ਅਤੇ ਫਰੀ ਗੁਰੂ ਕਾ ਲੰਗਰ ਤੁੱਟ ਵਰਤੇਗਾ, ਅਤੇ ਸਿਕਿਉਰਿਟੀ ਦਾ ਸਾਰਾ ਪ੍ਰਬੰਧ ਹੋ ਚੁੱਕਾ। A2G ਫਾਈਨਲ ਟੱਚ ਅੱਜ ਅਸੀਂ ਕਰ ਰਹੇ ਸੀ, ਅਤੇ ਉਹਦੇ ਲਈ ਇਕੱਠੇ ਹੋਏ ਸੀ, ਮੀਟਿੰਗ ਹੋਈ ਸੀ। ਜਿਹੜਾ ਸਾਡੇ ਸਪੋਰਟਸ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ 15 ਸਤੰਬਰ ਨੂੰ ਟੂਰਨਾਮੈਂਟ ਹੋ ਰਿਹਾ, ਉਹਦੇ ਬਾਰੇ ਜਾਣਕਾਰੀ ਦੇ ਰਹੇ ਹਾਂ। ਇਹਦੇ ਵਿੱਚ 4 ਇੰਟਰਨੈਸ਼ਨਲ ਟੀਮਾਂ ਖੇਡ ਰਹੀਆਂ, ਬੇਰੀਆ ਸਪੋਰਟਸ ਕਲੱਬ, ਅਤੇ ਨਿਊਯਾਰਕ ਸਪੋਰਟਸ ਕਲੱਬ, ਯੰਗ ਕਬੱਡੀ ਕਲੱਬ, ਅਤੇ ਨੌਰਥ ਅਮਰੀਕਾ ਕਨੇਡਾ ਦੀ ਜਿਹੜੀ ਕਬੱਡੀ ਕਲੱਬ ਆ ਉਹ ਖੇਡ ਰਹੀ ਆ। ਇਹਦੇ ਵਿੱਚ ਜਿੰਨੇ ਵੀ ਪਲੇਅਰਾਂ ਦੇ ਡਰੱਗ ਟੈਸਟ ਹੋ ਚੁੱਕੇ ਹਨ ਉਹਨਾਂ ਦੀ ਰਿਪੋਰਟ ਮੱਖਣ ਭਾਅ ਜੀ ਉਹਨਾਂ ਨੂੰ ਭੇਜੀ ਜਾ ਚੁੱਕੀ ਹੈ, ਅਤੇ ਜੇ ਕੋਈ ਥੋੜ੍ਹੇ ਇੱਕ ਦੋ ਪਲੇਅਰ ਜਾਂ 5-4 ਰਹਿੰਦੇ ਉਹਨਾਂ ਦੀ ਭੇਜ ਦਿੱਤੀ ਜਾਊਗੀ। ਅਤੇ 2 ਜਿਹੜੀਆਂ ਓਪਨ ਦੀਆਂ ਟੀਮਾਂ ਆ ਲੋਕਲ, ਜਿਹਦੇ ਵਿੱਚ ਵੱਡੇ ਖਿਡਾਰੀ ਨਹੀਂ ਖੇਡ ਰਹੇ, ਜਿਹਨਾਂ ਨੂੰ ਚਾਂਸ ਨਹੀਂ ਮਿਲਦਾ ਵੱਡੀਆਂ ਟੀਮਾਂ 'ਚ, ਉਹ ਖੇਡ ਰਹੇ ਆ, ਅਤੇ 2 21 ਦੀਆਂ ਟੀਮਾਂ ਖੇਡ ਰਹੀਆਂ, ਅਤੇ 2 ਰੱਸਾਕਸ਼ੀ ਦੀਆਂ ਟੀਮਾਂ ਵੀ ਆ ਰਹੀਆਂ, ਉਹ ਵੀ ਇੱਥੇ ਆਪਣੇ ਜੋਰ ਦਿਖਾ ਰਹੀਆਂ। ਸੋ ਮੇਲੇ ਦੀ ਤਿਆਰੀ ਫੁੱਲ ਹੋ ਚੁੱਕੀ ਆ। ਅੱਜ ਜਿਹੜਾ 15 ਸਤੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਕਰਾਰ ਆ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ, ਸਾਡੀ ਸਾਰੀ ਟੀਮ ਇੱਥੇ ਬੈਠੀ ਆ। ਸੋ ਮੇਰੀ ਦੇਹੀ ਅਪੀਲ ਆ ਪੁਰਜ਼ੋਰ ਸੰਗਤਾਂ ਨੂੰ ਕਿ ਅਸੀਂ ਸਾਰੇ ਹੀ ਬਹੁਤ ਦਿਨਾਂ ਤੋਂ ਕਹਿ ਰਹੇ ਹਾਂ ਡਰੱਗ ਫਰੀ ਮੇਲੇ, ਅਸੀਂ ਉਹਦੇ ਲਈ ਪੂਰੇ ਤਿਆਰੀ 'ਚ ਆ, ਡਰੱਗ ਫਰੀ ਮੇਲਾ ਹੋ ਰਿਹਾ। ਸੋ ਸਾਡੀ ਜਿਹੜੀ ਕਲੱਬ ਹੈ ਬੈਨ ਦੇ ਹੱਕ 'ਚ ਨਹੀਂ, ਡਰੱਗ ਫਰੀ ਮੇਲੇ ਕਰਾਉਣ ਦੇ ਹੱਕ 'ਚ ਆ। ਸੋ ਮੇਰੀ ਹੋਰ ਸੰਗਤਾਂ ਨੂੰ ਜਾਂ ਕਮੇਟੀਆਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਕਨੇਡਾ, ਅਮੈਰੀਕਾ, ਇੰਡੀਆ ਕਬੱਡੀ ਕੱਪ ਕਰਾਓ, ਜਿਹਦੇ ਨਾਲ ਸਾਡੇ ਪਲੇਅਰਾਂ ਨੂੰ ਖੇਡਣ ਦਾ ਮੌਕਾ ਮਿਲੇ, ਕੁਛ ਫਾਈਨੈਂਸ਼ਲੀ ਸਪੋਰਟ ਵੀ ਹੋਵੇ, ਕਿਉਂਕਿ ਇਹ ਮੇਲਾ ਜਿਹੜਾ ਸਾਡੇ ਸਪੌਂਸਰਾਂ ਦੇ ਸਿਰ 'ਤੇ ਹੋ ਰਿਹਾ, ਸੰਗਤਾਂ ਦੇ ਸੰਯੋਗ ਦੇ ਹੋ ਰਿਹਾ, ਇਹ ਤੁਹਾਡਾ ਆਪਣਾ ਮੇਲਾ, ਅਸੀਂ ਤਾਂ ਸਿਰਫ ਇੱਥੇ ਤੁਹਾਡੇ ਕਿ ਨੌਕਰੀ ਹੈ ਕਿਸੇ ਦੇ। ਯੂਨਾਈਟਿਡ ਸਪੋਰਟਸ ਕਲੱਬ ਜਿਹੜੀ ਦਿਨ ਰਾਤ ਮਿਹਨਤ ਕਰਕੇ ਮੇਲਾ ਕਰਵਾਉਣ ਜਾ ਰਹੀ ਹੈ, ਤੁਹਾਡਾ ਆਪਣਾ ਕੱਪ ਆ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਆਸ਼ਾ ਸ਼ਰਮਾ ਦੇ ਵੱਲੋਂ ਨਿੱਘੀ ਸਤਿ ਸ੍ਰੀ ਅਕਾਲ, ਆਦਾਬ ਅਤੇ ਨਮਸਕਾਰ। ਸਾਰਿਆਂ ਦੇ ਲਈ ਖੁਸ਼ਖਬਰੀ ਲੈ ਕੇ ਹਾਜ਼ਰ ਹੋਇਆਂ ਕਿ GV ਐਂਟਰਟੇਨਮੈਂਟ ਅਤੇ 21 ਇੰਟਰਨੈਸ਼ਨਲ ਦੇ ਵੱਲੋਂ ਅੱਜ ਇੱਕ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ, ਗਾਖਲ ਪੁੱਤ ਪੰਜਾਬ ਦੇ ਧੁੰਮਾਂ ਪਾਈ ਜਾਂਦੇ ਨੇ। ਜੀ ਹਾਂ, ਕਬੱਡੀ ਨੂੰ ਸਮਰਪਿਤ ਇਹ ਗੀਤ ਉੱਘੇ ਸਾਹਿਤਕਾਰ ਅਤੇ ਉੱਘੇ ਗੀਤਕਾਰ ਐੱਸ ਅਸ਼ੋਕ ਭੌਰਾ ਸਾਹਿਬ ਦਾ ਲਿਖਿਆ ਹੋਇਆ ਹੈ, ਔਰ ਇਸ ਨੂੰ ਆਵਾਜ਼ ਦਿੱਤੀ ਹੈ ਇਕਬਾਲਦੀਪ ਔਰ ਪਵਨਦੀਪ ਹੋਰਾਂ ਨੇ।
ਸੋ ਕਬੱਡੀ ਨੂੰ ਸਮਰਪਿਤ ਇਹ ਗੀਤ ਤੁਹਾਡੇ ਘਰਾਂ ਦਾ ਸ਼ਿੰਗਾਰ ਬਣੇਗਾ ਔਰ ਤੁਹਾਨੂੰ ਬਹੁਤ ਹੀ ਪਸੰਦ ਆਵੇਗਾ। ਬਹੁਤ ਹੀ ਖੂਬਸੂਰਤ ਬੋਲ ਅਤੇ ਬਹੁਤ ਹੀ ਅੱਛੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਰਿਕਾਰਡ ਹੋਇਆ ਔਰ ਅੱਜ ਇਸ ਸ਼ੁਭ ਮੌਕੇ 'ਤੇ ਇਸ ਗੀਤ ਨੂੰ ਰਿਕਾਰਡ ਜਿੱਥੇ ਕੀਤਾ ਗਿਆ ਉੱਥੇ ਇਸ ਨੂੰ ਰਿਲੀਜ਼ ਕਰਨ ਜਾ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਕਬੱਡੀ ਦੇ ਸੀਨੀਅਰ ਮੋਸਟ ਪਲੇਅਰ ਸਰਦਾਰ ਮੇਜਰ ਸਿੰਘ ਜੀ ਬੈਂਸ ਸਾਹਿਬ। ਮੇਜਰ ਸਿੰਘ ਜੀ ਬੈਂਸ ਸਾਹਿਬ ਔਰ ਮੱਖਣ ਸਿੰਘ ਬੈਂਸ ਰਾਜਾ ਸਵੀਟਸ ਐਂਡ ਇੰਡੀਅਨ ਕੁਜ਼ੀਨ ਵਾਲੇ ਸਾਡੇ ਇਹਨਾਂ ਵੀਰਾਂ ਦੇ ਵੱਲੋਂ ਇਹ ਅੱਜ ਗੀਤ ਰਿਲੀਜ਼ ਕੀਤਾ ਜਾਣਾ ਔਰ ਕਬੱਡੀ ਨੂੰ ਸਮਰਪਿਤ ਨਾਮਵਰ ਹਸਤਾਕਰ ਅੱਜ ਇੱਥੇ ਤਸ਼ਰੀਫ ਫਰਮਾਇਆ। ਸਭ ਤੋਂ ਪਹਿਲਾਂ ਜ਼ਿਕਰ ਕਰੀਏ ਕਬੱਡੀ ਨੂੰ ਬਹੁਤ ਵੱਡੀ ਦੇਣ ਹੈ ਗਾਖਲ ਭਰਾਵਾਂ ਦੀ। ਸਰਦਾਰ ਅਮੋਲਕ ਸਿੰਘ ਜੀ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਔਰ ਇਹ ਗੀਤ ਦੇ ਬੋਲ ਵੀ ਉਹਨਾਂ 'ਤੇ ਹੀ ਐਸ ਅਸ਼ੋਕ ਭੌਰਾ ਸਾਹਿਬ ਨੇ ਲਿਖੇ ਨੇ ਔਰ ਨਾਲੋਂ ਨਾਲ ਕਬੱਡੀ ਨੂੰ ਦੇਣ ਹੈ ਸਾਡੇ ਸੰਧੂ ਬ੍ਰਦਰਸ ਦੀ। ਸੰਧੂ ਬ੍ਰਦਰਸ ਅੱਜ ਇੱਥੇ ਤਸ਼ਰੀਫ ਫਰਮਾ ਨੇ। ਮਹਿੰਗਾ ਸਿੰਘ ਜੀ ਸਰਪੰਚ ਸਾਹਿਬ ਖੁਦ ਬਹੁਤ ਅੱਛੇ ਖਿਡਾਰੀ ਔਰ ਪ੍ਰਮੋਟਰ ਨੇ ਔਰ ਇਸਦੇ ਨਾਲੋਂ ਨਾਲ ਵੱਡੀ ਦੇਣ ਹੈ ਕਬੱਡੀ ਨੂੰ ਸਹੋਤਾ ਬ੍ਰਦਰਸ ਦੀ, ਜੁਗਰਾਜ ਸਿੰਘ ਜੀ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਔਰਾਂ ਦੀ। ਹੁਣ ਗੱਲ ਚੱਲਦੀ ਹੈ ਕਿ ਕਬੱਡੀ ਦਾ ਸਰਨਾਮਾ ਬਣ ਚੁੱਕਿਆ ਸਾਡਾ ਨੌਜਵਾਨ ਉਹ ਹੈ ਤੀਰਥ ਸਿੰਘ ਗਾਖਲ ਜੋ ਅੱਜ ਸਾਡੇ ਵਿਚਕਾਰ ਨੇ ਔਰ ਜਿੱਥੋਂ ਜਿੱਥੇ ਵੀ ਇਹ ਪ੍ਰੋਗਰਾਮ ਦੇਖਿਆ ਜਾਵੇਗਾ ਤੀਰਥ ਹੋਰਾਂ ਨੂੰ ਸਕਰੀਨ 'ਤੇ ਸਲਾਮਾਂ ਹੋਣਗੀਆਂ ਜ਼ਰੂਰ। ਰਾਜਾ ਨੂਰਪੁਰੀਆ ਵੀਰ ਔਰ ਉਸਦੇ ਨਾਲ ਹੀ ਜਗਤਾਰ ਗਿੱਲ ਸਾਹਿਬ, ਹਰਮੋਹਨ ਸਿੰਘ ਜੀ ਔਰ ਨਾਲ ਹੀ ਨੱਥਾ ਸਿੰਘ ਜੀ ਗਾਖਲ ਸਾਹਿਬ, ਕਬੱਡੀ ਦੇ ਖੇਤਰ ਦੇ ਵਿੱਚ ਇਹਨਾਂ ਦਾ ਵੀ ਵੱਡਾ ਨਾਮ ਹੈ ਔਰ ਸਾਡੇ ਚਿੱਕਾ ਸਾਹਿਬ ਬਹੁਤ ਅੱਛੇ ਪ੍ਰਮੋਟਰ ਨੇ ਮਨਜੀਤ ਚਿੱਕਾ ਜੀ, ਸਾਡੇ ਬਜ਼ੁਰਗ ਸਰਦਾਰ ਬਲਿਹਾਰ ਸਿੰਘ ਜੀ ਔਰ ਸਿੰਘ ਸਾਹਿਬ ਖੜ੍ਹੇ ਨੇ ਔਰ ਨਾਲ ਹੀ ਸਾਡਾ ਅਨਮੋਲ ਭੌਰਾ। ਅਨਮੋਲ ਭੌਰਾ ਐਸ ਅਸ਼ੋਕ ਭੌਰਾ ਸਾਹਿਬ ਦਾ ਹੋਣਹਾਰ ਸਪੁੱਤਰ ਆ ਔਰ ਇਸ ਦਾ ਨਾਮ ਵੀ ਗੀਤ ਦੇ ਵਿੱਚ ਜ਼ਰੂਰ ਤੁਸੀਂ ਸੁਣੋਗੇ। ਸੋ ਸਾਰਿਆਂ ਨੂੰ ਅੱਜ ਅਸੀਂ ਇਹ ਸ਼ੁਭ ਮੌਕੇ 'ਤੇ ਵਧਾਈ ਦਿੰਦੇ ਹਾਂ। ਗੀਤ ਨੂੰ ਰਿਲੀਜ਼ ਕੀਤਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੇਜਰ ਸਿੰਘ ਜੀ ਬੈਂਸ ਸਾਹਿਬ ਨੇ। ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਉਹਨਾਂ ਦੇ ਨਾਮ 'ਤੇ। ਹੁਣ ਬਾਅਦ ਬੇਨਤੀ ਕਰੂੰਗੀ ਐਸ ਅਸ਼ੋਕ ਭੌਰਾ ਸਾਹਿਬ ਨੂੰ। ਸਾਰਿਆਂ ਦਾ ਬਹੁਤ ਧੰਨਵਾਦ ਹੈ। ਇਹ ਅੱਜ ਖਾਸ ਘੜੀ ਹੈ ਕਿ ਮਾਣ ਹੈ ਤੇਰੇ 'ਤੇ ਪੰਜਾਬ ਦੇ ਆ ਪੁੱਤਾ, ਸੱਚੀ ਕੀਤੀ ਇਹ ਕਮਾਈ ਬਹੁਤ ਵੱਡੀ। ਕਬੱਡੀ ਦੇ ਸਿਪਾਹੀਆ ਤੈਨੂੰ ਗਾਖਲ ਨੇ ਕਹਿੰਦੇ, ਤੂੰ ਤਾਂ ਅਰਸ਼ਾਂ 'ਤੇ ਚਾੜ੍ਹਤੀ ਕਬੱਡੀ। ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਕੰਮ ਕਰਕੇ ਦਿਖਾਉਣਾ ਅਤੇ ਕੰਮ ਦਾ ਪੱਧਰ ਬਣਾ ਕੇ ਵਿਖਾਉਣਾ ਉਹ ਸੱਚੀ ਮੁੱਚੀ ਹੀ ਜੇ ਕਿਤੇ ਸਿੱਖਣਾ ਹੋਇਆ ਤਾਂ ਗਾਖਲ ਸਾਹਿਬ ਦੀ ਸੰਗਤ ਕਰਕੇ ਦੇਖ ਲਿਓ। ਐਨਰਜੀ ਜਿਹੜੀ ਆ ਉਹਨਾਂ ਕੋਲ ਹੈ ਉਹ ਸ਼ਾਇਦ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਇਹ ਗੀਤ ਦੀ ਗੱਲ ਨਹੀਂ ਸਿਰਫ ਕਬੱਡੀ ਦੀ ਗੱਲ ਨਹੀਂ ਸਗੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਇਤਿਹਾਸ 'ਚ ਇੱਕ ਦਸਤਾਵੇਜ਼ ਇਹ ਗੀਤ ਬਣੇਗਾ। ਸੋ ਇਹਦੇ ਨਾਲ ਜਿਹੜੀਆਂ ਰੂਹਾਂ, ਜਿਹੜੇ ਲੋਕ ਕਬੱਡੀ ਲਈ ਕੰਮ ਕਰਦੇ ਨੇ ਉਹਨਾਂ ਨੂੰ ਨਵਾਂ ਉਤਸ਼ਾਹ ਮਿਲੇਗਾ, ਨਵਾਂ ਰੰਗ ਭਰਿਆ ਜਾਵੇਗਾ। ਸੋ ਮੈਂ ਅੱਜ ਦੇ ਇਸ ਮੌਕੇ 'ਤੇ ਗਾਖਲ ਭਰਾਵਾਂ ਸਰਦਾਰ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਹੋਰਾਂ ਲਈ ਦੁਆ ਕਰਦਾ ਕਿ ਉਹਨਾਂ ਦੀ ਲੰਬੀ ਉਮਰ ਹੋਵੇ, ਕਿਉਂਕਿ ਉਹਨਾਂ ਨੇ ਸਮਾਜ ਲਈ ਬਹੁਤ ਵੱਡੀ ਹਮੇਸ਼ਾ ਕੰਟਰੀਬਿਊਸ਼ਨ ਦਿੱਤੀ ਹੈ, ਚਾਹੇ ਖੇਡਾਂ ਦਾ ਖੇਤਰ, ਚਾਹੇ ਧਾਰਮਿਕ ਖੇਤਰ ਹੈ, ਚਾਹੇ ਸਾਹਿਤ ਦਾ ਖੇਤਰ ਹੈ, ਚਾਹੇ ਸੱਭਿਆਚਾਰ ਦਾ ਖੇਤਰ ਹੈ। ਸੋ ਉਹਨਾਂ ਨੇ ਆਪਣਾ ਰੁਤਬਾ ਅਤੇ ਆਪਣਾ ਸਤਿਕਾਰ ਆਪਣੀ ਪੰਜਾਬੀਆਂ ਨੂੰ ਦੇਣ ਦੇ ਬਦਲੇ ਬਹੁਤ ਵੱਡਾ ਬਣਾ ਕੇ ਰੱਖਿਆ। ਸੋ ਉਹਨਾਂ ਲਈ ਸ਼ੁਭਕਾਮਨਾਵਾਂ ਔਰ ਇੱਦਾਂ ਦੇ ਯਤਨ ਜਿਹੜੇ ਆ ਇਹ ਕੀਤੇ ਜਾਂਦੇ ਰਹਿਣ। ਇਸ ਗੀਤ ਰਾਹੀਂ ਜੋੜੀ ਇਕਬਾਲਦੀਪ ਅਤੇ ਪਵਨਦੀਪ ਨੇ ਇਸ ਕਬੱਡੀ ਗੀਤ ਨੂੰ ਗਾਇਆ, ਮੋਗੇ ਤੋਂ ਨੇ ਅਤੇ ਬਹੁਤ ਅੱਛੀ ਜੋੜੀ ਹੈ। ਮੈਂ ਉਹਨਾਂ ਲਈ ਵੀ ਸ਼ੁਭਕਾਮਨਾਵਾਂ ਅਤੇ ਦੁਆ ਕਰਦਾ। ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਜਿੱਥੇ ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਵੱਲੋਂ ਇੱਕ ਕਬੱਡੀ ਵਰਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ, ਉੱਥੇ ਹੀ ਰਾਜਾ ਸਵੀਟ ਦੇ ਵਿੱਚ ਇੱਕ ਹੋਰ ਛੋਟਾ ਜਿਹਾ ਫੰਕਸ਼ਨ ਪਰ ਪ੍ਰਭਾਵਸ਼ਾਲੀ ਫੰਕਸ਼ਨ ਉੱਥੇ ਕੀਤਾ ਗਿਆ, ਜਿਸ ਦੇ ਵਿੱਚ ਉੱਘੇ ਗੀਤਕਾਰ ਅਤੇ ਉੱਘੇ ਲੇਖਕ ਜੋ ਕਿ ਸ਼੍ਰੋਮਣੀ ਲੇਖਕ ਨੇ ਅਮਰੀਕ ਸਿੰਘ ਤਲਵੰਡੀ ਹੁਣਾਂ ਦੀ ਕਿਤਾਬ ਜਿਹੜੀ ਹੈ ਗਾਗਰ ਵਿੱਚ ਸਾਗਰ ਵੀ ਰਿਲੀਜ਼ ਕੀਤੀ ਗਈ, ਜਿਸ ਵਿੱਚ ਸਾਰੇ ਪਤਵੰਤੇ ਸੱਜਣਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਔਰ ਸਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਆਓ ਗਾਗਰ ਵਿੱਚ ਸਾਗਰ ਬਾਰੇ ਕੀ ਗੱਲਾਂ ਬਾਤਾਂ ਹੋਈਆਂ ਦੇਖਦੇ ਹਾਂ ਯੂਨੀਅਨ ਸਿਟੀ ਤੋਂ। ਇੱਕ ਸਤਰਾ ਨੇ ਕਿ ਕਰਦਾ ਕਿਉਂ ਨੁਕਤਾ ਚੀਨੀ, ਵਾਹਿਗੁਰੂ ਦੇ ਟੋਟਲ ਉੱਤੇ ਮੁੱਲਾਂ ਪੁਰ ਖਾਲੀ ਰੋਟੀ ਘੋਲੂ ਦੇ ਹੋਟਲ ਉੱਤੇ। ਇਹ ਦਦਾਰ ਸੰਧੂ ਦੀਆਂ ਸਤਰਾਂ ਨੇ ਪਰ ਮੁੱਲਾਂ ਪੁਰ 'ਚ ਇੱਕ ਸਾਡਾ ਬਹੁਤ ਪਿਆਰਾ ਗੀਤਕਾਰ, ਸਾਹਿਤਕਾਰ, ਅਧਿਆਪਕ ਵਸਦਾ, ਅਮਰੀਕ ਸਿੰਘ ਤਲਵੰਡੀ। ਪਿਛਲੇ ਤਕਰੀਬਨ 30 ਸਾਲਾਂ ਤੋਂ ਸਾਡੀ ਮਿੱਤਰਤਾ ਹੈ।
साहित्यक मित्रता भी है, परिवारक मित्रता भी है। अमरीक सिंह तलवंडी ने अध्यापन खेत्र च राष्ट्रपति पुरस्कार प्राप्त किया। बहुत सारे गायकों ने अमरीक तलवंडी के गीतों गाया, सुरेंद्र शिंदा, कुलदीप माणक, सरदूल सिकंदर, बड़ी आवाज़ा ने जिन्हां ने अमरीक तलवंडी के शब्दों आवाज़ दी है। सो अज उन्हां दी किताब जिहड़ी है गागर विच सागर असी अमरीका की इस धरती ते रिलीज़ करने हैं, और इस एक किताब जिहड़ी जिहदे विच रवाइयां ने, जिहदे विच छोटी छोटी वैर दियां गज़लां ने, इन्हां शब्दों बहुत कुछ लुकया होया, हर सत्र कुछ कहती है, कुछ संदेश दिंदी है। सो एक किताब पढ़न योग ही नहीं सगों आने वाली पीढ़ियों भी संभालन योग है। मैं अमरीक सिंह तलवंडी होरां की इस प्राप्ति ते उन्होंने मुबारकबाद दे पेश करदा, और अज की ये किताब रिलीज़ करन दी रसम साढ़े वड्डे भरा सरदार अमोलक सिंह गाखल हुरी निभा रहे ने, ते उन्हां दे नाल सरदार मक्खण सिंह बैंस, साढ़े पिता जी सरदार मेजर सिंह गाखल, सुरोता बदल, संधु भरा तीर सिंह गाखल जी, नथा सिंह गाखल, महंगा सिंह सरपंच, मनजीत चिक्का, जगतार गिल हुरी मेरे नाल हाजिर ने। सो मैं सारियां नूं जीआं नूं आखदा, और अमरीक सिंह तलवंडी हुणां नूं इस नवी प्राप्ति ते मुबारकबाद देना, ते कुछ सत्रां कुछ शब्द आशा शर्मा जी। बहुत बहुत शुक्रिया पौरा साहब। और जिवें पौरा साहब ने तुहानूं अमरीक सिंह तलवंडी होरां दे बारे दस्या कि श्रोमणी स्टेट ते नैशनल अवार्डी अध्यापक ने, और बहुत सारिया पहलां भी इन्हां ने पुस्तकां पंजाबी साहित्य की झोली पाईआं ने। हाल ही दे विच इन्हां दी अज जो पुस्तक रिलीज़ करन जा रहे ने, किताब रिलीज़ करन जा रहे ने, गागर विच सागर, सरदार अमोलक सिंह जी गाखल होरे, उस दी मैं इन्हां नूं हार्दिक वधाई भेंट करदी हाँ। शेरो शायरी की किताब है, और पौरा साहब ये मेरे तो सब तो कम की किताब है, क्योंकि मैं तो तुहानू पता सारा कुछ किताबों चों ही खटिया भी है ते वटिया भी है। और जिवें भौरा साहब ने दस्या कि ये किताब दे विच बहुत ही खूबसूरत शेर रुबाइयां ने, एक तुहाडी नज़र कर रही हां कि अमन शांति भाईचारे दी सारे रल के गल करो, छोटे मोटे झगड़े तलवंडी पंचायतां राही हल करो, पंचायतां राही हल करो। वीर अमरीक सिंह तलवंडी होरां नूं उन्हां दी हाल ही दे विच छपी इस पुस्तक की हार्दिक मुबारकबाद भेंट करदे आ। हाँ जी, अज असीं अमरीक सिंह तलवंडी होरां दी पुस्तक गागर विच सागर रिलीज़ करन जा रहे हैं। ये बुक थोड़ा चिर पहला आस्ट्रेलिया विच वी रिलीज़ हुई सी, अज इत्थे गाखल ब्रदरस ते सारे दे सहयोग नाल असीं रिलीज़ करन जा रहे हैं। तो जिहड़ा मुखबंध है, बहुत ही सोहना नाम लिखा हुआ गागर विच सागर, इसदे नाल गल कहीए अमरीक तलवंडी होनी खुद गागर विच सागर है, एक चंगे टीचर, लेखक, गीतकार, चिंतक ते होर पता नहीं किहड़े किहड़े खेत्रां दे विच उन्होंने इन्नियां मल्लां मारियां। उन्हां दे सभ्याचार गीतां दे उप्पर हरजिंदर सिंह मुंडे ने एक गुरु का शिष्य यूनिवर्सिटी तलवंडी साबा तों एम फिल की है, ये बड़े माण वाली गल है। एम फिल चंगे गीतां ते की है, दीदार संधु दी बुक दे उत्ते भी किसी ने PhD की है, चंगे गीतां नूं हमेशा ही सलाया जा रहा है। बाला लोगों को पता नहीं होना, ये तिने साडू बड़े ही गुणवंत हैं, देव थरीका वाला, सुरेंद्र शिंदा ते अमरीक तलवंडी साडू है तिने, और तिने गुणवंत है। देव थरीका वाले दी लिखी हुई रचनावां और अमरीक तलवंडी दी लिखी हुई रचनावां सुरेंद्र शिंदे ने गाइया, तो वो रचनावां हमेशा हमेशा लिए अमर किया। माणक दा सी गीत इन्हां दा लिखा हुआ है, जीवा उत्ते रहे चन्ना सदा तेरा नाम वे, तत्तड़ी नूं दे दे अपने चरणां च थां वे। तो इस तरह ही काफ़ी सारे होर गीत लिखे, बहुत ही सोहना, अज सानू माण महसूस हो रहा उन्हां दी बुक रिलीज़ कर रहे हैं। साडे वल्लों तलवंडी साहब होरां नूं और गाख ब्रदर होरां नूं, सारे जिन्ने वीर आए हैं, बहुत बहुत मुबारक। दोस्तों, पिछले दिनी फरीनो विच रहिंदे साडे एक मित्र जो कि रेडियो होस्ट भी सीगे, अक्सर कलाकार दे तौर ते या प्रोड्यूसर दे तौर ते या प्रमोटर दे तौर ते सभ्याचारक सरगर्मियां दे विच हिस्सा लेंदे रहिंदे सीगे, पर परमात्मा दी ऐसी अनहोनी होई कि बहुत छोटी उम्र दे विच, लगभग 44 साल उन्हां दी उम्र सीगी, उन्हां दी अचानक दिल दा दौरा पैण दे नाल मौत हो गई। पाल धालीवाल की मैं गल कर रहा फरिजनो दे, और उन्होंने जो आत्मक शांति वास्ते रखे गए समागम दे विच बहुत सारे बुद्धिजीवी इकट्ठे हुए, जिन्होंने पाल धालीवाल बारे आप अपने विचार पेश किए। आओ देखते हैं फरिजनो तो नीटा माशीके की यह रिपोर्ट। सो साढ़े भी बड़े सोहने दिन से होस्टल के दिन, और कली कली गल जो याद करी जाइए तो सारी रात गल कर सकते हैं। जो साढ़े पेपर होंगे सी, उन्हें अपने आप ही जिम्मेवारी ले लेनी कि किनू की चाहिए है। एक बारी वार्डन ने मेरा कमरा कैंसल करता, मेरे मैस का खाता बंद हो गया, तो मैनू
मैं किसी के कमरे च रुकिया होया सी, मैनू दो परौंठे मिलते होंगे सी, एक वो आप खाता सी ते एक मेरे को लैके आउंदा। पाल आपां नूं सुदीमी विछोड़ा दे गया जिहड़ा वह मुड़ के नहीं आ सकता, उहदे नाल मुड़ के आपां गल्लां बातां नहीं कर सकते। सो पर उहदियां जिहड़ियां यादां वह हमेशा अपने विच रहणगियां, उहदा अपने सारे यार दोस्तां विच विचरना महफलां दे विच। ਨੀਟੇ ਬਾਈ ਨੇ ਦੱਸਿਆ ਕਿ ਪਾਲ ਵੀ ਪੀਣ ਦਾ ਖਾਣ ਪੀਣ ਦਾ ਸ਼ੌਕੀਨ ਸੀ। ਕਿਹੜਾ ਸਹਿਯੋਗ ਤੁਹਾਡੇ ਵੱਲੋਂ ਪਾਲ ਨੂੰ ਜਾਂ ਰਿਮੋ ਨੂੰ ਜਾਂ ਸਾਰੇ ਪਰਿਵਾਰ ਨੂੰ ਮਿਲਿਆ ਉਹਦੇ ਵਾਸਤੇ ਮੈਂ ਹਰ ਇੱਕ ਇਨਸਾਨ ਦਾ ਚੱਲੂੰਗੀ। ਇੱਥੇ ਉਹਨਾਂ ਤੋਂ ਪਹਿਲਾਂ ਦੀ ਗੱਲ ਹੈ, ਪਰ ਉਸ ਗੀਤ ਦੇ ਵਿੱਚ ਉਹ ਕਹਿੰਦਾ ਹੈ ਮੇਰੇ ਯਾਰ ਸਭ ਹੁਮ ਹੁਮ ਆ ਕੇ ਚੱਲਣਗੇ, ਪਰ ਮੇਰੇ ਦਿਲ ਵਿੱਚ ਆਇਆ ਕਿ ਨਹੀਂ, ਸਾਡੇ ਸਾਰੇ ਦੋਸਤ ਜਦੋਂ ਪਾਲ ਦੀ ਅਰਥੀ ਦੇ ਮਗਰ ਚੱਲਣਗੇ ਹੁਮ ਹੁਮ ਆ ਕੇ ਨਹੀਂ ਚੱਲਣਗੇ। ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੰਝੂ ਬਹਾ ਕੇ ਚੱਲਣਗੇ। ਬਣਦਾ ਰਿਹਾ ਹਾਂ ਸ਼ਾਨ ਮੈਂ ਜਿਨ੍ਹਾਂ ਮਹਿਫਲਾਂ ਦੀ, ਉਹ ਸਾਰੇ ਸਿਰਾਂ ਨੂੰ ਝੁਕਾ ਕੇ ਚੱਲਣਗੇ। ਬੜੇ ਮਾਣ ਦੇ ਨਾਲ ਹੁਮ ਹੁਮ ਆ ਕੇ ਕੋਈ ਵੀ ਨਹੀਂ ਚੱਲੂ। 2005 ਦੇ ਵਿੱਚ ਉੱਥੋਂ ਢਿੱਟਵਾਣਾ ਏਰੀਏ 'ਚੋਂ ਆਏ ਸੀ, ਉਦੋਂ ਆਉਂਦੇ ਹੀ ਸਟੀਵ ਦੇ ਨਾਲ ਸਾਨੂੰ ਮਿਲੇ ਇਸ ਦੇ ਨਾਲ, ਅਤੇ ਸਾਡੀ ਅਸੀਂ ਉਦੋਂ ਸੰਸਥਾ ਦਾ ਸੰਗਠਨ ਕੀਤਾ ਸੀ। ਉਹਦੀਆਂ ਗੱਲਾਂ ਦੇ ਵਿੱਚ, ਉਹਦੇ ਕੰਮ ਦੇ ਵਿੱਚ ਅਤੇ ਇੰਨੀ ਅਗਰੈਸਿਵਪਣ ਸੀਗਾ ਵੀ ਅਸੀਂ ਉਹਨੂੰ ਇੱਕ ਦਿਨ ਵੀ ਮਿਸ ਨਹੀਂ ਕੀਤਾ। ਉਹ ਤੋਂ ਬਾਅਦ ਦੱਸ ਹੋਰ ਕਿੰਨੀ ਪਾਵਾਂ, ਤੂੰ ਆਪ ਹੀ ਦੱਸ, ਚਿੱਤ ਬਣ ਗਏ ਮੈਨੂੰ ਪਰ ਕਾਸੇ। ਅੱਜ ਉਹਨੇ ਹਰਸੇ ਖੇਲੇ ਨਹੀਂ ਹੈ, ਅੱਜ ਉਹਨੀ ਰੌਣਕ ਨਹੀਂ ਲੱਗੀ। ਨਿੱਕੀਆਂ ਨਿੱਕੀਆਂ ਗੱਲਾਂ ਉਹਨੇ ਮੈਨੂੰ ਸਿਖਾਈਆਂ, ਮੈਨੂੰ ਸਾਰੀਆਂ ਚੇਤੇ ਆਉਂਦੀਆਂ, ਮੈਂ ਕਿੱਦਾਂ ਭੁੱਲ ਜਾਊਗਾ। ਸਾਰੀ ਉਮਰ ਮੈਨੂੰ ਪਾਲ ਚੇਤੇ ਰਹਿਣਾ, ਪਾਲ ਦੀਆਂ ਦੱਸੀਆਂ ਗੱਲਾਂ ਚੇਤੇ ਰਹਿਣਗੀਆਂ। ਪਾਲ ਇੱਕ ਇਹੋ ਜਿਹੀ ਪਰਸਨੈਲਿਟੀ ਸੀ, ਉਹਨੇ ਕਦੇ ਆਪਦੇ ਬਾਰੇ ਤਾਂ ਸੋਚਿਆ ਹੀ ਨਹੀਂ। ਉਹ ਹਮੇਸ਼ਾ ਸੋਚਦਾ ਸੀ ਵੀ ਮੈਂ ਆਇਆ ਆਲਾ ਦੁਆਲਾ ਕਿੱਦਾਂ ਸੁਧਾਰਾਂ, ਲੋਕਾਂ ਦੀ ਕਿੱਦਾਂ ਹੈਲਪ ਕਰਾਂ। ਉਹਦੀ ਫਿਲੋਸਫੀ ਸੀ ਵੀ ਜਿਹੜੀ ਆਪਾਂ ਕਮਾਈ ਕਰਦੇ ਹਾਂ ਇਹ ਕਮਾਈ ਨਹੀਂ। ਟੂ ਯੂ ਐਂਡ ਯੂਰ ਇੰਟਾਇਰ ਫੈਮਿਲੀ, ਆਈਵ ਨੋਨ ਪਾਲ ਫੋਰ ਕੁਆਇਟ ਅ ਬਿਟ, ਮਾਈ ਡੈਡ ਯੂਜ਼ ਟੂ ਵਰਕ ਵਿਦ ਹਿਮ, ਬਟ ਆਈ ਰੀਅਲੀ ਗਾਟ ਐਨ ਓਪਰਚੁਨਿਟੀ ਟੂ ਗੈਟ ਰੀਅਲੀ ਕਲੋਸ ਵਿਦ ਪਾਲ ਡਿਊਰਿੰਗ ਮਾਈ ਓਲਡਰ ਬ੍ਰਦਰ ਮੇਟ ਹਿਸ 50th ਪਾਰਟੀ ਅਲੋਂਗ ਵਿਦ ਐਬ, ਬਿੱਲਾ ਵਾਸ ਦੇਅਰ, ਗੈਰੀ ਵਾਸ ਦੇਅਰ। What I remember about Paul that night, obviously he was having a good time. As everybody's mentioned, he was the life of the party. Sade saryan nal jyada uch patience and knowledge us de naal naal sanu saryan nu entertain karne wala je Paul jiddan nahi si hunda us din sada jada bed uthan da udon main puppa maar ke roya jive jawak ronde hunde aa mere aa puppa nikliyan main side te khada dekh ke te ਫਿਰ ਮੈਂ ਜਦੋਂ ਆਪਾਂ ਉਹਨੂੰ ਚੱਕ ਕੇ ਅਰਥੀ ਨੂੰ ਲੈ ਕੇ ਗਏ, ਫਿਰ ਮੈਂ ਉਹਨੂੰ ਚੇਤੇ ਕੀਤਾ। ਮੈਂ ਕਿਹਾ ਸਾਨੂੰ ਕੁਝ ਸਿੱਖਣਾ ਵੀ ਚਾਹੀਦਾ ਉਹਦੀਆਂ ਗੱਲਾਂ ਤੋਂ, ਕਿ ਇੰਨੇ ਬੰਦੇ ਕਦੇ ਕਹਿ ਨਹੀਂ ਸਕਦੇ। ਹਰੇਕੇ ਬੰਦਾ ਚਾਹੁੰਦਾ ਸੀ ਉਹ ਮੇਰਾ ਯਾਰ ਆ। ਜਦੋਂ ਪਾਲ ਆਫਿਸ ਦੇ ਵਿੱਚ ਸੀ ਅਤੇ ਟਵਾਣਾ ਪਹਿਲਾਂ ਆਫਿਸ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਪਹੁੰਚਿਆ, ਤਾਂ ਮੇਰੇ ਖਿਆਲ ਜਿੰਨੇ ਆ ਸੱਜਣ ਇੱਥੇ ਬੈਠੇ ਆ, ਜਿਹਨੂੰ ਜਿਹਨੂੰ ਪਤਾ ਲੱਗਾ ਉਹ ਉੱਥੇ ਪਹੁੰਚ ਗਿਆ। ਅਫਸੋਸ ਕਰਨ ਲਈ ਪਰ ਇਹਨੂੰ ਕਹਿਣ ਲਈ ਬ੍ਰਦਰ ਟੇਕ ਕੇਅਰ ਯੂਰ ਹੈਲਥ, ਸਾਰਿਆਂ ਨੂੰ ਆਪਦੇ ਚੇਤੇ ਆਉਂਦੇ ਆ ਉਸ ਵੇਲੇ, ਰਾਈਟ। ਸੋ ਆਈ ਟੋਲਡ ਦ ਬ੍ਰਦਰ, ਯੂ ਨੋ, ਯੂ ਡਰਿੰਕ ਟੂ ਮੱਚ, ਸੋ ਟੇਕ ਕੇਅਰ ਯੂਰ ਹੈਲਥ। ਪਾਲ ਬਹੁਤ ਚੰਗਾ ਬੰਦਾ ਸੀਗਾ, ਸਾਰਿਆਂ ਨੂੰ ਆਪਣਾ ਪਿਆਰ ਕਰਦਾ ਸੀ, ਕਮਿਊਨਿਟੀ ਲਈ ਚੰਗਾ ਸੀਗਾ। ਲਾਈਫ ਵਿੱਚ ਜਦੋਂ ਐਸਾ ਹਾਸਤਾ ਹੁੰਦਾ, ਫ੍ਰਿਜਨੋ ਦੀ ਬਹੁਤ ਪੱਕੀ ਸ਼ਖਸੀਅਤ ਪਾਲ ਧਾਲੀਵਾਲ ਪਿਛਲੇ ਦਿਨੀ ਸਾਨੂੰ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਸੀ, ਅਤੇ ਉਹਨਾਂ ਦੀ ਮੌਤ ਨੇ ਇੱਕ ਤਰ੍ਹਾਂ ਦੇ ਨਾਲ ਫ੍ਰਿਜਨੋ ਦੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ। ਉਹਨਾਂ ਦੇ ਯਾਰਾਂ ਦੋਸਤਾਂ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਨ ਦੇ ਲਈ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਸਥਾਨਕ ਪ੍ਰਾਈਮ ਟਰੱਕ ਡਰਾਈਵਿੰਗ ਸਕੂਲ ਦੇ ਯਾਰਡ ਦੇ ਵਿੱਚ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਦੋਸਤਾਂ ਨੇ ਪਹੁੰਚ ਕੇ ਉਹਨਾਂ ਦੀਆਂ ਜਿਹੜੀਆਂ ਯਾਦਾਂ ਸੀ ਉਹ ਸਭਨਾਂ ਦੇ ਨਾਲ ਸਾਂਝੀਆਂ ਕੀਤੀਆਂ। ਅਤੇ ਇਸ ਮੌਕੇ ਦੇ ਉੱਤੇ ਹਰ ਕੋਈ ਉਹਨਾਂ ਨੂੰ ਜਿੰਦਾ ਦਿਲ ਇਨਸਾਨ ਕਹਿ ਰਿਹਾ ਸੀ ਕਿ ਪਾਲ ਜਿਸ ਤਰ੍ਹਾਂ ਦੀ ਜ਼ਿੰਦਗੀ ਜਿਉਂ ਕੇ ਗਿਆ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਮੈਂ ਗੁਰਿੰਦਰਜੀਤ ਸਿੰਘ ਨੀਟਾ ਮਾਛੀ ਕੇ, ਮੇਰੇ ਸਾਥੀ ਕੁਲਵੰਤ ਬੀ ਧਾਲੀਆ ਦੇ ਨਾਲ ਫ੍ਰਿਜਨੋ ਕੈਲੀਫੋਰਨੀਆ ਤੋਂ।
ਧਾਰਮਿਕ ਸੱਭਿਆਚਾਰਕ ਖੇਡਾਂ ਦੀਆਂ ਸਰਗਰਮੀਆਂ ਤੁਹਾਡੇ ਰੂਬਰੂ ਕਰੀ ਦੀਆਂ, ਪਰ ਪਿਛਲੇ ਦਿਨੀ ਅਗਰ ਫਰਜ਼ਨੋ ਦੀ ਗੱਲ ਕਰੀਏ ਤਾਂ ਉੱਥੇ ਸਰਦਾਰ ਅਮਰਜੀਤ ਸਿੰਘ ਬਰਾੜ ਜੋ ਕਿ ਮੀਤ ਪ੍ਰਧਾਨ ਨੇ, ਆੜ੍ਹਤੀਆ ਐਸੋਸੀਏਸ਼ਨ ਜੋ ਹੈ ਪੰਜਾਬ ਦੀ, ਉਹ ਫਰਜ਼ਨੋ ਵਿੱਚ ਆਏ ਸੀਗੇ ਅਤੇ ਉਹਨਾਂ ਦੇ ਸਨਮਾਨ ਦੇ ਵਿੱਚ ਉੱਥੋਂ ਦੀ ਕਰੀਮ ਜਿਹੜੀ ਹੈਗੀ ਆ, ਬੁੱਧੀਜੀਵੀ ਲੋਕ ਇਕੱਠੇ ਹੋਏ ਸੀਗੇ ਔਰ ਉਹਦੇ ਵਿੱਚ ਨੀਟਾ ਮਾਸ਼ੀਕੇ ਨੇ ਉਹਨਾਂ ਨੂੰ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕੀਤਾ ਔਰ ਉੱਥੇ ਕੀ ਗੱਲਾਂ ਹੋਈਆਂ, ਜਿੱਥੇ ਅਮਰਜੀਤ ਸਿੰਘ ਬਰਾੜ ਨੇ ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬੀਆਂ ਦੀ ਭਰਵੀਂ ਤਾਰੀਫ ਕੀਤੀ ਕਿ ਉਹ ਪੰਜਾਬ ਵਿੱਚ ਜੋ ਵੀ ਯੋਗਦਾਨ ਇਹਨਾਂ ਨੇ ਪਾਇਆ ਉਹਦੇ ਬਾਰੇ ਗੱਲਬਾਤ ਕੀਤੀ ਅਤੇ ਨਾਲ ਦੀ ਨਾਲ ਉੱਥੇ ਆਏ ਹੋਏ ਮਹਿਮਾਨਾਂ ਨੇ ਕੀ ਕੁਝ ਗੱਲਾਂ ਬਾਤਾਂ ਕੀਤੀਆਂ ਅਤੇ ਕੀ ਵਿਚਾਰਾਂ ਹੋਈਆਂ, ਆਓ ਦੇਖਦੇ ਹਾਂ ਨੀਟਾ ਮਾਸ਼ੀਕੇ ਦੀ ਫਰਿਜ਼ਨੋ ਤੋਂ ਇਹ ਰਿਪੋਰਟ। ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਬਰਾੜ ਰਾਜਿਆਂ ਨੂੰ ਅਸੀਂ ਇੱਥੇ ਕੈਲੀਫੋਰਨੀਆ ਪਹੁੰਚਣ 'ਤੇ ਬਹੁਤ ਬਹੁਤ ਇਹਨਾਂ ਦਾ ਸਵਾਗਤ ਕਰਦੇ ਹਾਂ। ਇਹਨਾਂ ਦੀ ਸ਼ਖਸੀਅਤ ਨੂੰ ਵੀ ਅਸੀਂ ਬਹੁਤਾ ਕੁਝ ਦੱਸੀ, ਇਹਦਾ ਸੂਰਜ ਨੂੰ ਦੀਵਾ ਪਾਉਣ ਵਾਲੀ ਗੱਲ ਹੈ। ਇਹ ਇਨਸਾਨ ਹਰ ਵਾਰ ਬਾਘੇ ਪੁਰਾਣੇ 'ਚ ਮੰਡੀ ਯਾਰਡ ਦੀਆਂ ਯੂਨੀਅਨ ਦੇ ਪ੍ਰਧਾਨ ਰਹੇ ਔਰ ਰਾਈਸ ਮਿਲ ਪੰਜਾਬ ਦੇ ਰਾਈਸ ਪ੍ਰਧਾਨ ਰਹੇ। ਇਹਨਾਂ ਨੇ ਹਮੇਸ਼ਾ ਹੀ ਮਜ਼ਦੂਰਾਂ ਲਈ, ਕਿਸਾਨਾਂ ਲਈ ਹੱਥ ਸੱਥ ਦੀ ਰਾਖੀ ਕੀਤੀ ਆ ਔਰ ਇਹ ਜੇ ਅਸੀਂ ਵੇਖੀਏ ਇਮਾਨਦਾਰੀ ਦੇ ਨਾਲ ਜਿਹਨਾਂ ਬੰਦੇ 5% ਤਰੱਕੀ ਕਰਦੇ ਉਹਨਾਂ 'ਚ ਇੱਕ ਨਾਮਵਰ ਚਿਹਰਾ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਸਾਡੀ ਮੰਡੀ ਦੀ ਅਤੇ ਪੰਜਾਬ ਦੇ ਕਿਸਾਨਾਂ ਦੀ ਸੇਵਾ। ਖੁਸ਼ੀ ਮਹਿਸੂਸ ਹੋਈ ਹੈ ਕਿ ਜਿੰਨੇ ਵੀ ਆਪਣੇ ਖਾਸ ਕਰਕੇ ਮਾਲਵੇ ਦੇ ਜਾਂ ਪੰਜਾਬ ਦੇ ਜਿੰਨੇ ਵੀ ਦੋਸਤ ਰਿਸ਼ਤੇਦਾਰ ਮਿੱਤਰ ਮਿਲੇ ਹੈ ਕਿ ਉਹਨਾਂ ਨੇ ਇੱਥੇ ਆਣ ਕੇ ਆਪਦੀ ਮਿਹਨਤ ਕਰਕੇ ਜਿਹੜੀ ਤਰੱਕੀ ਕੀਤੀ ਹੈ ਉਹ ਸਾਡਾ ਪੰਜਾਬੀਆਂ ਦਾ ਫਖਰ ਨਾਲ ਸਿਰ ਉੱਚਾ ਹੁੰਦਾ ਹੈ ਅਤੇ ਮੈਂ ਸਮਝਦਾ ਕਿ ਵਾਕਈ ਇਹਨਾਂ ਨੇ ਜੇ ਕੰਮ ਕੀਤਾ ਅਤੇ ਔਰ ਇਹਨਾਂ ਦੇ ਮਨ 'ਚ ਜਿਹੜੀ ਅੱਜ ਵੀ ਤੜਫ ਹੈ ਪੰਜਾਬ ਲਈ ਕਿ ਸੋਚਦੇ ਆ ਕਿ ਪੰਜਾਬ 'ਚ ਜਿਹੜੇ ਹਾਲਾਤ ਹੈ ਜਿਹੜੀ ਪੰਜਾਬ ਜਿਹੜਾ ਪੰਜਾਬ ਆਰਥਿਕ ਪੱਖੋਂ ਥੱਲੇ ਜਾ ਰਿਹਾ ਉਹਨੂੰ ਕਿਵੇਂ ਚੁੱਕਿਆ ਜਾਵੇ ਔਰ ਹਮੇਸ਼ਾ ਇਹਨਾਂ ਨੇ ਕੋਸ਼ਿਸ਼ ਕੀਤੀ ਆ ਔਰ ਅੱਜ ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਨਾਲ ਗੱਲਬਾਤ ਸਾਂਝੀ ਕਰਨ ਤੋਂ ਆਪਦੇ ਆਪ ਨੂੰ ਖੁਸ਼ੀ ਹੋਈ ਕਿ ਸਾਡੇ ਪੰਜਾਬ ਦੇ ਲੋਕਾਂ ਨਾਲੋਂ ਇਹਨਾਂ 'ਚ ਜ਼ਿਆਦਾ ਇਸ ਗੱਲ ਦਾ ਫਿਕਰ ਹੈ ਇਹਨਾਂ ਨੂੰ ਕਿ ਪੰਜਾਬ ਨੂੰ ਆਰਥਿਕ ਲੀਹਾਂ ਤੋਂ ਅਤੇ ਲਿਆਉਣ ਲਈ ਕੀ ਕੀਤਾ ਜਾ ਸਕਦਾ, ਕਿਵੇਂ ਕਰੀਏ, ਉਹਦੇ ਲਈ ਬਹੁਤ ਫਿਕਰਮੰਦ ਹੈ। ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਕਿ ਇਹਨਾਂ ਦੀ ਚੰਗੀ ਸੋਚ ਆਪਦੀ ਉਸ ਮਿੱਟੀ ਨਾਲ ਆਪਦਾ ਪਿਆਰ ਜਿਹੜਾ ਹੈਗਾ ਉਵੇਂ ਬਣਾਇਆ ਹੋਇਆ ਔਰ ਇਹਨਾਂ ਦੇ ਮਨ 'ਚ ਇਹ ਬੜੀ ਵੱਡੀ ਗੱਲ ਹੈ ਕਿ ਉਹਨੂੰ ਪੰਜਾਬ ਨੂੰ ਹੱਸਦਾ ਰੱਸਦਾ ਖੁਸ਼ਹਾਲ ਵੇਖਣਾ ਚਾਹੁੰਦੇ ਆ ਇਹ। ਇਸ ਕਰਕੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਲਈ ਹਿੰਦੁਸਤਾਨ ਲਈ ਆਪਣੀ ਸੋਚ ਜਿਹੜੀ ਉੱਚੀ ਅਤੇ ਸੁੱਚੀ ਰੱਖੀ। ਅੱਜ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਲਮਾ ਦੇ ਮਸ਼ਹੂਰ ਰੈਸਟੋਰੈਂਟ ਅਸ਼ੋਕਾ ਦੇ ਵਿੱਚ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਬਰਾੜ ਪਹੁੰਚੇ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚ ਕੇ ਉਹਨਾਂ ਦੇ ਵਿਚਾਰ ਸੁਣੇ ਅਤੇ ਉਹਨਾਂ ਨੂੰ ਨਿੱਘੀ ਜੀ ਐਂ ਕਹੀ। ਉਹਨਾਂ ਨੇ ਪੰਜਾਬੀਆਂ ਦਾ ਵਿਦੇਸ਼ਾਂ ਦੇ ਵਿੱਚ ਪਾਏ ਯੋਗਦਾਨ ਅਤੇ ਪੰਜਾਬ ਦੇ ਵਿੱਚ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਪਾਏ ਯੋਗਦਾਨ ਪ੍ਰਤੀ ਉਹਨਾਂ ਨੇ ਪੰਜਾਬੀਆਂ ਦੇ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਮੈਂ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ, ਮੇਰੇ ਸਾਥੀ ਕੁਲਵੰਤ ਉੱਬੀ ਤਾਲੀਆ ਦੇ ਨਾਲ ਫਰਿਜ਼ਨੋ ਕੈਲੀਫੋਰਨੀਆ ਤੋਂ।
जी दोस्तों एसी कैलीफोर्निया डायरी जिदे विच कुछ गतिविधियां तुहाडे नाल सांझियां कीतियां, अगर तुहाडे कोल कोई गतिविधि हैगी है, कोई ईवेंट है, चाहे वह धार्मिक है, समाजिक है, खेडां नाल संबंधित है, चाहे किसी भी तरह की ईवेंट जो है साडी कम्यूनिटी की, वह तुसी भी अपनी ईवेंट इस प्रोग्राम दे विच शामिल कर सकते हो। तुहाडी कोई ईवेंट हुंदी है मैनूं फोन करो 209-450-3362 ते मैं हाजिर होने की कोशिश करूँगा, पर जे मैं हाजिर नहीं भी हो सकया तां तुसी उस प्रोग्राम का वीडियो क्लिप बना के फोन ते ही बना के सानू भेज सकते हो, तो असी फिर उसनू तुहाडे इस कैलीफोर्निया डायरी प्रोग्राम दे विच पेश करांगे। उम्मीद करते हैं ये गतिविधियां वधिया लगियां होणगियां। मैनू ईमेल कर सकते हो jaggi@jasbroadcasting.com या फिर info@jasbroadcasting.com। इस तो अलावा फेसबुक, ट्विटर सारे किते भी सुनेहा छड़ सकते हो। अखीर दे विच सब नू प्यार भरी सत श्री अकाल, खुश रहो, खुश रखो, रब रखा।